ਓਹੋ ਦੇਖ ਲੈ ਇਹਨੂੰ ਇੱਦਾਂ ਤਾਂ ਨਹੀਂ ਕਦੇ ਬਣਦੀ ਇਹਦੀ ਸਰਕਾਰ। ਉੱਧਰ ਪੱਪੂ ਭਾਰਤ ਜੋੜੋ ਰੈਲੀ ਕੱਢ ਰਿਹਾ ਤੇ ਇਹ ਆਪ ਮੰਜੇ ਨਾਲ ਜੁੜਿਆ ਪਿਆ। ਨੋ ਨੋ ਪਾਪਾ ਜੀ, ਇੱਥੇ ਤੁਸੀਂ ਗਲਤ ਹੋ, ਕੱਲੀ ਰੈਲੀ ਨਹੀਂ ਨਿਕਲੀ, ਕਿਸੇ ਦਾ ਜਲੂਸ ਵੀ ਨਿਕਲਿਆ। ਸੁੱਖੇ ਪੁੱਤ ਇੱਦਾਂ ਨਹੀਂ ਬੋਲਦੇ ਹੁੰਦੇ, ਜੇ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਤਾਂ ਇੱਦਾਂ ਬੋਲਦੇ ਹੁੰਦੇ, ਰਾਜਾ ਪ੍ਰਜਾ 'ਚ ਰਲ ਗਿਆ ਸੀ। ਓ ਅੱਛਾ ਪਾਪਾ ਜੀ, ਵੈਸੇ ਬੰਦਾ ਹੈ ਅਣਖੀ ਤਾਂ ਹੀ ਆਖੀ ਜਾਂਦਾ, ਮੈਂ ਤਾਂ ਜੰਮਿਆ ਹੀ ਧੱਕਿਆ 'ਚ ਸੀ, ਸਾਡੇ ਲੀਡਰ ਦੀ ਸ਼ਾਨ 'ਚ ਨਹੀਂ ਪੈਣਾ ਚਾਹੀਦਾ। ਆਹੋ ਸੁੱਖੇ ਪੁੱਤ ਸਹੀ ਕਿਹਾ, ਹੁਣ ਰਾਜਾ ਹਿੱਕ ਠੋਕ ਕੇ ਕਹਿ ਸਕਦਾ ਕਿ ਮੈਂ ਪਾਰਟੀ ਲਈ ਬੜੇ ਧੱਕੇ ਖਾਧੇ ਆ। ਪਾਪਾ ਜੀ ਕਹਿੰਦੇ ਇੱਕ ਗੱਲ ਹੋਰ ਸੁਣਨ ਚਾਹੀ ਹੈ ਕਿ ਜਦੋਂ ਭਾਰਤ ਜੋੜੋ ਰੈਲੀ 'ਚ ਰਾਜਾ ਬੜੇਗਰੂ ਸਿਕਿਉਰਿਟੀ ਗਾਰਡ ਦੇ ਧੱਕੇ ਮਾਰੇ ਸੀ ਤਾਂ ਰਾਜਾ ਇੱਕ ਵਾਰੀ ਤਾਂ ਗੁੱਛਾ ਖਾ ਗਿਆ ਅਤੇ ਕਹਿੰਦਾ, ਚਾਲਿਆ ਤੂੰ ਕੁੜਤੇ ਪਜਾਮੇ ਨੂੰ ਹੱਥ ਕਿਵੇਂ ਲਾਇਆ, ਇਹਦੇ ਮੈਂ ਹਲੇ ਪੈਸੇ ਵੀ ਨਹੀਂ ਦਿੱਤੇ। ਪੁੱਤ ਸੁੱਖੇ ਮੈਨੂੰ ਇਹ ਲੱਗਦਾ ਜਿਹਨੇ ਰਾਜੇ ਨੂੰ ਧੱਕੇ ਮਾਰੇ ਆ ਉਹ ਪੁਲਿਸ ਵਾਲਾ ਦਰਜੀ ਦਾ ਕਿਤੇ ਭਰਾ ਨਾ ਹੋਵੇ।